ਅਕਸਰ ਲੋਕਾਂ ਦੇ ਗਮਸ ਬਲੀਡ ਕਰਦੇ ਨੇ ਅੱਛਾ ਜੀ ਮਸੂੜਿਆਂ ਚੋਂ ਖੂਨ ਦੰਦਾਂ ਚੋਂ ਖੂਨ ਆਉਂਦਾ ਹੈ ਉਹਨਾਂ ਨੂੰ ਵੀ ਆਸਟਿਓ ਪ੍ਰੋਸੈਸ ਹੁੰਦਾ ਤੇ ਦੰਦਾਂ ਪਰ ਲੋਕੀ ਕਈ ਸੋਚਦੇ ਕਿ ਜਿਹੜਾ ਮਸੂੜਿਆਂ ਚੋਂ ਖੂਨ ਆਉਂਦਾ ਵੀ ਸ਼ਾਇਦ ਮੇਰੇ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਆਫ ਕੋਰਸ ਉਹ ਵੀ ਹੁੰਦੀ ਹੈ ਲੇਕਿਨ ਇਹ ਇੰਡੀਕੇਸ਼ਨ ਹੈ ਆਸਟਿਓ ਪ੍ਰੋਸੈਸ ਦੀ ਹੱਡੀਆਂ 'ਚ ਜ਼ਿੰਕ ਹੁੰਦਾ ਹੈ ਪੋਟਾਸ਼ੀਅਮ ਹੁੰਦਾ ਹੈ ਮੈਗਨੇਸ਼ੀਅਮ ਹੁੰਦਾ ਹੈ ਵਿਟਾਮਿਨ ਡੀ ਹੁੰਦਾ ਹੈ ਵਿਟਾਮਿਨ ਕੇ ਹੁੰਦਾ ਹੈ ਕੈਲਸ਼ੀਅਮ ਹੁੰਦਾ ਹੈ ਆਸਟਿਓ ਕੈਲਸ਼ੀਅਮ ਹੁੰਦਾ ਹੈ ਇੰਨੀਆਂ ਸਾਰੀਆਂ ਚੀਜ਼ਾਂ 'ਚੋਂ ਇੱਕ ਚੀਜ਼ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਏ ਤਾਂ ਉਹ ਇਨ ਰਿਟਰਨ ਬਾਕੀਆਂ ਨੂੰ ਕਮਜ਼ੋਰ ਕਰਨੀ ਸ਼ੁਰੂ ਕਰ ਦਿੰਦੀ ਸਭ ਤੋਂ ਪਹਿਲੀ ਤਾਂ ਇਹਦੀ ਬਲਜਿੰਦਰ ਜਿਹੜੀ ਕੌਜ਼ ਹੈ ਨਾ ਉਹ ਹੈਗੀ ਹੈ ਜਨਰਲ ਚਾਰ ਪੰਜ ਕੌਜ਼ਿਜ਼ ਨੇ ਜਿਹਦੇ 'ਚ ਕੁਛ ਪੋਰਸ਼ਨ ਇਨਹੈਰੀਟਿਡ ਕੌਜ਼ ਦਾ ਵੀ ਹੈ ਯਾਨੀ ਤੁਹਾਡੇ ਪੇਰੈਂਟਸ 'ਚੋਂ ਅਗਰ ਕਿਸੇ ਨੂੰ ਹੋਏ 20 ਈਅਰਸ ਦੀ ਏਜ ਤੱਕ ਤੁਹਾਡੀਆਂ ਬੋਨਸ ਮਲਟੀਪਲਾਈ ਹੁੰਦੀਆਂ ਰਹਿੰਦੀਆਂ ਬੜਦੀਆਂ ਰਹਿੰਦੀਆਂ ਬੜਦੀਆਂ ਰਹਿੰਦੀਆਂ ਨਵੀਆਂ ਬਣਦੀਆਂ ਪਿਛਲੀਆਂ ਗਾਇਬ ਹੁੰਦੀਆਂ ਰਹਿੰਦੀਆਂ ਨਵੀਆਂ ਬਣਦੀਆਂ ਪਿਛਲੀਆਂ ਗਾਇਬ ਹੁੰਦੀਆਂ ਰਹਿੰਦੀਆਂ ਇਹ ਰੱਬ ਦਾ ਸਿਸਟਮ ਹੈ ਅਰਲੀ 20s ਤੱਕ ਇਹ ਚੱਲਦਾ ਰਹਿੰਦਾ ਯਾਨੀ 23-24 ਸਾਲ ਤੱਕ ਇਹ ਚੱਲਦਾ ਉਦੋਂ ਜਿੰਨੀ ਤੁਸੀਂ ਬੋਨਸ ਦਾ ਮੈਸ ਇਕੱਠਾ ਕਰ ਲਓਗੇ ਉਹਨਾਂ ਤੁਹਾਡੇ 50 ਸਾਲ 60 ਸਾਲ 70 ਸਾਲ ਦੀ ਉਮਰ 'ਚ ਕੰਮ ਆਏ ਅਕਸਰ ਦੇਖਿਆ ਕਿ ਬੱਚਿਆਂ ਦੀ ਕੈਲਸ਼ੀਅਮ ਘੱਟ ਹੁੰਦੀ ਸਫੈਦ ਸਫੈਦ ਨਿਸ਼ਾਨ ਇੱਥੇ ਬਣੇ ਹੁੰਦੇ ਆ ਨੇਲਸ 'ਤੇ ਵਾਈਟ ਵਾਈਟ ਨਿਸ਼ਾਨ ਨਜ਼ਰ ਆਉਣਗੇ ਤੁਹਾਨੂੰ ਉਹ ਕੈਲਸ਼ੀਅਮ ਦੀ ਕਮੀ ਹੈ ਤੁਸੀਂ ਉਹਨਾਂ ਦੀ ਕੈਲਸ਼ੀਅਮ ਹੀ ਨਹੀਂ ਪੂਰੀ ਕਰ ਰਹੇ ਤਾਂ ਹੱਡੀਆਂ ਨੇ ਕਿੱਥੋਂ ਮਜ਼ਬੂਤ ਹੋਣਾ ਸਾਂਝਾ ਟੀਵੀ ਦੇਖ ਰਿਹਾ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੀਆਂ ਨੂੰ ਤੁਹਾਨੂੰ ਖਾਸ ਮੁਲਾਕਾਤ ਵਿੱਚ ਤੁਸੀਂ ਜਾਣਦੇ ਹੋ ਕਿ ਇਹਨਾਂ ਸ਼ੋਆਂ ਦੇ ਵਿੱਚ ਅਸੀਂ ਵੱਖ ਵੱਖ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ ਅਤੇ ਖਾਸ ਕਰਕੇ ਜਦੋਂ ਡਾਕਟਰ ਮੁਰਤਜ਼ਾ ਨੂੰ ਲੈ ਕੇ ਆਈਦਾ ਅਤੇ ਨਾਲ ਹੀ ਤੁਸੀਂ ਬਹੁਤ ਸਾਰੇ ਸਾਨੂੰ ਮੈਸੇਜ ਵੀ ਭੇਜ ਦਿੰਦੇ ਹੋ ਕੋਸ਼ਿਸ਼ ਹੁੰਦੀ ਹੈ ਤੁਹਾਡੇ ਮੈਸੇਜ ਦੇ ਜਵਾਬ ਦੇਣ ਦੀ ਵੀ ਇਸੇ ਲਈ ਅਸੀਂ ਇੱਕ ਪ੍ਰੋਗਰਾਮ ਸਪੈਸ਼ਲ ਵੀ ਇਹਨਾਂ ਦਾ ਰੱਖਿਆ ਆ ਪਰ ਖਾਸ ਮੁਲਾਕਾਤ ਦੇ ਵਿੱਚ ਕਿਸੇ ਖਾਸ ਗੱਲਬਾਤ ਨੂੰ ਲੈ ਕੇ ਹੀ ਸਾਡੇ ਨਾਲ ਸ਼ਾਮਿਲ ਹੁੰਦੇ ਨੇ ਆਓ ਫਿਰ ਅਸੀਂ ਇਹਨਾਂ ਨੂੰ ਜੀ ਆਏ ਕਹਿੰਦੇ ਹਾਂ ਅਤੇ ਇਹਨਾਂ ਕੋਲੋਂ ਜਾਣਦੇ ਹਾਂ ਕਿ ਅੱਜ ਕੀ ਗੱਲਬਾਤ ਕਰਨੀ ਹੈ ਡਾਕਟਰ ਮੁਰਤਜ਼ਾ ਜੀ ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਲਾਮ ਵਾਲੇਕੁਮ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਤੁਹਾਡਾ ਮੈਂ ਠੀਕ ਹਾਂ ਅੱਜ ਤੁਸੀਂ ਕਾਲੇ ਕਾਲੇ ਹੋ ਅੱਛਾ ਡਾਕਟਰ ਸਾਹਿਬ ਬਹੁਤ ਸਾਰੀਆਂ ਕਾਲਸ ਬਹੁਤ ਸਾਰੇ ਮੈਸੇਜ ਹਮੇਸ਼ਾ ਤੁਹਾਡੇ ਲਈ ਆਉਂਦੇ ਐਪਰੀਸ਼ੀਏਟ ਕੀਤਾ ਜਾਂਦਾ ਪ੍ਰੋਗਰਾਮਾਂ ਨੂੰ ਅਤੇ ਅੱਜ ਕਿਹੜੀ ਖਾਸ ਗੱਲਬਾਤ ਹੈ ਕਿਹੜੀ ਬਿਮਾਰੀ 'ਤੇ ਡਿਸਕਸ ਕਰਨੀ ਹੱਡੀਆਂ 'ਤੇ ਕਰ ਲਈਏ ਹਾਂਜੀ ਹੱਡੀਆਂ 'ਤੇ ਕਰ ਲੈਂਦੇ ਜੀ ਹੱਡੀਆਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਲੇਕਿਨ ਉਹਨਾਂ 'ਚੋਂ ਆਸਟੀਓਪਰੋਸਿਸ ਇੱਕ ਬਿਮਾਰੀ ਹੈ ਜਿਹੜੀ ਜਿਹਨੂੰ ਸਾਇਲੈਂਟ ਕਿਲਰ ਕਿਹਾ ਜਾਂਦਾ ਸਾਇਲੈਂਟ ਡਿਜ਼ੀਜ਼ ਹੁੰਦੀ ਹੈ ਇਹਦਾ ਪਤਾ ਨਹੀਂ ਲੱਗਦਾ ਅਤੇ ਅੱਜ ਆਸਟੀਓਪਰੋਸਿਸ 'ਤੇ ਅਸੀਂ ਕੋਈ ਗੱਲ ਕਰ ਲਈਏ ਥੋੜ੍ਹਾ ਜਿਹਾ ਲੋਕਾਂ ਨੂੰ ਫਾਇਦਾ ਹੋ ਜਾਵੇ ਜਿਹੜੇ ਮੇਰੇ ਕੋਲ ਆਉਂਦੇ ਹੋ ਨਾ ਆਉਣਾ ਪਵੇ ਉਹਨਾਂ ਨੂੰ ਠੀਕ ਹੈ ਜੀ ਸੋ ਕਰੋ ਜੀ ਸ਼ੁਰੂ ਸਾਨੂੰ ਦੱਸੋ ਕਿ ਇਹਦੇ ਸਿਮਟਮਸ ਕੀ ਹੁੰਦੇ ਆ ਕਿਉਂ ਹੁੰਦੀ ਆ ਤੇ ਫਿਰ ਬਾਅਦ ਵਿੱਚ ਦਵਾਈਆਂ ਦੇ ਹੁੰਦੀ ਕੀ ਹੈ ਪਹਿਲਾਂ ਤਾਂ ਇਹ ਦੱਸਿਓ ਪਹਿਲਾਂ ਤੇ ਹੁੰਦੀ ਕੀ ਆ ਪੰਜਾਬੀ ਜੀ ਦੱਸਿਓ ਇਹਨੂੰ ਸਾਇਲੈਂਟ ਡਿਜ਼ੀਜ਼ ਤਾਂ ਮੈਂ ਦੱਸ ਦਿੱਤਾ ਕਹਿੰਦੇ ਆ ਇਹਨੂੰ ਕਹਿੰਦੇ ਨੇ ਹੱਡੀਆਂ ਦੀ ਕਮਜ਼ੋਰੀ ਜਿੱਤੇ 'ਚ ਸਟਰੈਂਥ ਆਫ ਬੋਨਸ ਜਿਹੜੀ ਹੈ ਨਾ ਉਹ ਕਮਜ਼ੋਰ ਹੋ ਜਾਂਦੀ ਹੈ ਵੀਕ ਹੋ ਜਾਂਦੀਆਂ ਹੱਡੀਆਂ ਹੱਡੀਆਂ ਇੰਨੀਆਂ ਕੁ ਵੀਕ ਹੋ ਜਾਂਦੀਆਂ ਕਿ ਉਹ ਝੜਨਾ ਸ਼ੁਰੂ ਹੋ ਜਾਂਦੀਆਂ ਯਾਨੀ ਉਹਨਾਂ ਨੂੰ ਇੰਝ ਕਰਕੇ ਹੱਥ ਮਾਰੋ ਤਾਂ ਟੁੱਟ ਜਾਏਗੀ ਹੱਡੀ ਹੱਡੀਆਂ ਖੁਰਨ ਵੀ ਲੱਗ ਖੁਰਨ ਕਾਨਾ ਦੇਖਿਆ ਕਦੇ ਅਤੇ ਸੋਟੀ ਦੇਖੀ ਕਦੇ ਸੋਟੀ ਨੂੰ ਇੰਝ ਹੱਥ ਮਾਰੋ ਤਾਂ ਨਹੀਂ ਟੁੱਟਦੀ ਕਾਨੇ 'ਤੇ ਹੱਥ ਮਾਰੋ ਤਾਂ ਉਹ ਟੁੱਟ ਜਾਂਦਾ ਉਹ ਹੱਡੀਆਂ ਵਿੱਚੋਂ ਖੋਖਲੀਆਂ ਹੋ ਜਾਂਦੀਆਂ ਹੱਡੀਆਂ 'ਚ ਜ਼ਿੰਕ ਹੁੰਦਾ ਪੋਟਾਸ਼ੀਅਮ ਹੁੰਦਾ ਹੈ ਮੈਗਨੇਸ਼ੀਅਮ ਹੁੰਦਾ ਹੈ ਵਿਟਾਮਿਨ ਡੀ ਹੁੰਦਾ ਵਿਟਾਮਿਨ ਕੇ ਹੁੰਦਾ ਕੈਲਸ਼ੀਅਮ ਹੁੰਦਾ ਆਸਟੀਓ ਕੈਲਸ਼ੀਅਮ ਹੁੰਦਾ ਇੰਨੀਆਂ ਸਾਰੀਆਂ ਚੀਜ਼ਾਂ 'ਚੋਂ ਇੱਕ ਚੀਜ਼ ਵੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਏ ਤਾਂ ਉਹ ਇਨ ਰਿਟਰਨ ਬਾਕੀਆਂ ਨੂੰ ਕਮਜ਼ੋਰ ਕਰਨੀ ਸ਼ੁਰੂ ਕਰ ਦਿੰਦੀ ਅਤੇ ਹੱਡੀਆਂ ਦੀ ਕਮਜ਼ੋਰੀ ਦੀ ਬਿਮਾਰੀ ਨੂੰ ਆਸਟੀਓਪਰੋਸਿਸ ਕਹਿੰਦੇ ਨੇ ਠੀਕ ਹੈ ਜੀ ਅਤੇ ਇਹ ਫਿਰ ਹੁੰਦੀ ਕਿਉਂ ਇਹ ਹੁੰਦੀ ਕਿਉਂ ਹੈ ਇਹਦੇ ਵੀ ਬਹੁਤ ਸਾਰੇ ਚੀਜ਼ਾਂ ਨੇ ਇਹ ਜ਼ਿਆਦਾਤਰ ਹੁੰਦੀ ਕਿੱਥੇ ਆ ਜਦੋਂ ਤੁਹਾਨੂੰ ਪਹਿਲੇ ਆਪਾਂ ਸਿਮਟਮਸ ਦੱਸ ਲਈਏ ਫਿਰ ਹੁੰਦੀ ਕਿਉਂ ਉਹਦੇ 'ਤੇ ਵੀ ਆਉਂਦੇ ਤੁਹਾਨੂੰ ਹਿਪਸ 'ਚ ਜਦੋਂ ਪੇਨ ਹੋਣੀ ਸ਼ੁਰੂ ਹੋ ਜਾਏ ਬੈਠਦੇ ਹੋ ਤਾਂ ਹਿਪ 'ਚ ਪੇਨ ਹੁੰਦੀ ਹੈ ਬੜਾ ਜੋੜ ਜਿਹੜਾ ਫਿਰ ਤੁਹਾਨੂੰ ਅਗਰ ਹੱਥ ਦੀਆਂ ਹੱਡੀਆਂ 'ਚ ਹੱਥ ਦੁਖਣ ਲੱਗ ਜਾਣਾ ਇੰਜ ਇੰਜ ਦਬਾਉਣੇ ਪੈਣ ਕਈ ਵਾਰੀ ਇਹ ਆਸਟੀਓਪਰੋਸਿਸ ਦਾ ਸਟਾਰਟ ਹੋ ਰਿਹਾ ਅਤੇ ਇਹ ਹੁਣ ਡਿਗਰੀ ਕਿਹੜੀ 'ਤੇ ਪਹੁੰਚ ਚੁੱਕਿਆ ਉਹ ਤੁਹਾਡੇ ਸਾਰੇ ਵਿਟਾਮਿਨਸ ਦੇ ਤੁਹਾਡੇ ਸਾਰੇ ਕੈਲਸ਼ੀਅਮ ਦੇ D3 ਦੇ ਉਹ ਟੈਸਟ ਆਇਰਨ ਦੇ ਟੈਸਟ ਹੋਣਗੇ ਅਤੇ ਪਤਾ ਲੱਗੇਗਾ ਕਿ ਕਿਹੜੇ ਲੈਵਲ 'ਤੇ ਇਹ ਪਹੁੰਚ ਚੁੱਕਿਆ ਅਤੇ ਜਦੋਂ ਤੁਹਾਨੂੰ ਇਹ ਛੋਟੀਆਂ ਛੋਟੀਆਂ ਚੀਜ਼ਾਂ ਤਕਲੀਫ ਦੇਣੀਆਂ ਸ਼ੁਰੂ ਕਰ ਦੇਣ ਤਾਂ ਤੁਸੀਂ ਸਮਝੋ ਕਿ ਤੁਹਾਡਾ ਇਹ ਕੰਮ ਖਰਾਬ ਹੋ ਗਿਆ ਇਹਦੇ 'ਚ ਇੱਕ ਹੋਰ ਵੀ ਇੰਡੀਕੇਸ਼ਨ ਹੈ ਅਕਸਰ ਲੋਕਾਂ ਦੇ ਗਮਸ ਬਲੀਡ ਕਰਦੇ ਨੇ ਅੱਛਾ ਜੀ ਮਸੂੜਿਆਂ 'ਚੋਂ ਖੂਨ ਦੰਦਾਂ 'ਚੋਂ ਖੂਨ ਆਉਂਦਾ
ਉਹਨਾਂ ਨੂੰ ਵੀ ਆਸਟੀਓ ਪ੍ਰੋਸੈਸ ਹੁੰਦਾ ਤੇ ਦੰਦਾਂ ਪਰ ਲੋਕੀ ਕਈ ਸੋਚਦੇ ਕਿ ਜਿਹੜਾ ਮਸੂੜੀਆਂ ਚੋਂ ਖੂਨ ਆਉਂਦਾ ਵੀ ਸ਼ਾਇਦ ਮੇਰੇ ਦੰਦਾਂ ਦੇ ਵਿੱਚ ਹੀ ਕੋਈ ਪ੍ਰੋਬਲਮ ਹੈਗੀ ਹੈ ਆਫ ਕੋਰਸ ਉਹ ਵੀ ਹੁੰਦੀ ਹੈ ਲੇਕਿਨ ਇਹ ਇੰਡੀਕੇਸ਼ਨ ਹੈ ਆਸਟੀਓ ਪ੍ਰੋਸੈਸ ਦੀ ਨਾਲ ਆਪਣਾ ਟੈਸਟ ਇਹ ਵੀ ਕਰਾ ਲਓ ਜਦੋਂ ਦੰਦ ਚੈੱਕ ਕਰਾਓ ਨਾ ਤੇ ਆਪਣੇ ਇਹ ਸਾਰੇ ਟੈਸਟ ਜਿੰਨਿਆਂ ਦੇ ਹੁਣ ਨਾਮ ਲਏ ਅਸੀਂ ਆਇਰਨ ਤੋਂ ਲੈ ਕੇ ਹੋਮੋਗਲੋਬਿਨ ਤੱਕ ਕੈਲਸ਼ੀਅਮ ਵਿਟਾਮਿਨ ਡੀ 3 ਜ਼ਿੰਕ ਮੈਗਨੀਸ਼ੀਅਮ ਪੋਟਾਸ਼ੀਅਮ ਇਹ ਸਾਰੇ ਟੈਸਟ ਵਿਟਾਮਿਨ ਕੇ ਸਾਰੇ ਕਰਾ ਲਓ ਅਤੇ ਜੇ ਕਿਸੇ 'ਚ ਕਮੀ ਹੋਵੇ ਤਾਂ ਫੌਰਨ ਤੋਂ ਪਹਿਲਾਂ ਲੈਣਾ ਸ਼ੁਰੂ ਕਰ ਦਿਓ ਉਹਨਾਂ ਦੇ ਕੋਜ਼ਿਜ਼ ਕੀ ਹੁੰਦੀਆਂ ਨੇ ਇਹਦੀਆਂ ਬਹੁਤ ਸਾਰੀਆਂ ਕੋਜ਼ਿਜ਼ ਨੇ ਸਭ ਤੋਂ ਪਹਿਲੀ ਤਾਂ ਇਹਦੀ ਬਲਜਿੰਦਰ ਜਿਹੜੀ ਕੋਜ਼ ਹੈ ਨਾ ਉਹ ਹੈਗੀ ਹੈ ਜਨਰਲ 4-5 ਕੋਜ਼ਿਜ਼ ਨੇ ਜਿਹਦੇ 'ਚ ਕੁਛ ਪੋਰਸ਼ਨ ਇਨਹੈਰੀਟਿਡ ਕੋਜ਼ ਦਾ ਵੀ ਹੈ ਯਾਨੀ ਤੁਹਾਡੇ ਪੇਰੈਂਟਸ 'ਚੋਂ ਅਗਰ ਕਿਸੇ ਨੂੰ ਹੋਏ ਤੁਹਾਡੇ ਫਾਦਰ ਮਦਰ ਕਜ਼ਨਸ ਬਾਬਾ ਚਾਚਾ ਮਾਮੇ ਨੂੰ ਕਿਸੇ ਨੂੰ ਇਹ ਹੱਡੀਆਂ ਦਾ ਮਸਲਾ ਰਿਹਾ ਅਤੇ ਚਾਂਸਿਸ ਹੈਗੇ ਆ ਕਿ ਤੁਹਾਨੂੰ ਵੀ ਹੋ ਸਕਦਾ ਇਹ ਠੰਡੇ ਮਮਾਲਕ ਜਿਹੜੇ ਠੰਡੇ ਕੰਟਰੀਜ਼ ਨੇ ਉਹਨਾਂ 'ਚ ਰਹਿਣ ਵਾਲਿਆਂ ਨੂੰ ਇਹ ਅਕਸਰ ਹੀ ਹੁੰਦਾ ਹੈ ਕੈਨੇਡਾ ਵਰਗੇ ਮੁਲਕ ਹੈ ਕੈਨੇਡਾ ਅਮਰੀਕਾ ਦੇ ਠੰਡੀ ਸਟੇਟਸ ਯੂਰਪ ਦੇ ਠੰਡੇ ਇਲਾਕੇ ਸਾਡੇ ਉੱਪਰ ਵਾਲੇ ਕਸ਼ਮੀਰ ਦੇ ਇਲਾਕੇ ਹਿਮਾਚਲ ਦੇ ਇਲਾਕੇ ਔਰ ਉਹਨਾਂ 'ਚ ਵੀ ਉਹਨਾਂ ਲੋਕਾਂ ਨੂੰ ਹੁੰਦਾ ਜਿਹੜੇ ਐਕਸਰਸਾਈਜ਼ ਜਾਂ ਵਾਕ ਨਹੀਂ ਕਰਦੇ ਨਲਾਇਕ ਲੋਕਾਂ ਨੂੰ ਨਲਾਇਕਾਂ ਨੂੰ ਹੁੰਦਾ ਬੈਠਣ ਵਾਲਿਆਂ ਨੂੰ ਜਿਹੜੇ ਸਾਰਾ ਦਿਨ ਭੱਜੀ ਫਿਰਦੇ ਰਹਿੰਦੇ ਉਹਨਾਂ ਨੂੰ ਨਹੀਂ ਹੁੰਦਾ ਅਤੇ ਇਹਦੇ 'ਚ ਇੱਕ ਹੋਰ ਵੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਸਮਝਾਉਣਾ ਚਾਹ ਰਿਹਾ ਉਹ ਅਗਰ ਸਾਰੇ ਉਹਦੇ 'ਤੇ ਗੌਰ ਕਰ ਲੈਣ ਤਾਂ ਉਦੋਂ ਤੋਂ ਹੀ ਹੱਡੀਆਂ ਨੂੰ ਕਵਰ ਕਰ ਲੈਣਗੇ ਉਹ ਅੱਛਾ ਜੀ 20 ਈਅਰਸ ਦੀ ਏਜ ਤੱਕ ਤੁਹਾਡੀਆਂ ਬੋਨਸ ਮਲਟੀਪਲਾਈ ਹੁੰਦੀਆਂ ਰਹਿੰਦੀਆਂ ਬੜਦੀਆਂ ਰਹਿੰਦੀਆਂ ਬੜਦੀਆਂ ਰਹਿੰਦੀਆਂ ਨਵੀਆਂ ਬਣਦੀਆਂ ਪਿਛਲੀਆਂ ਗਾਇਬ ਹੁੰਦੀਆਂ ਰਹਿੰਦੀਆਂ ਨਵੀਆਂ ਬਣਦੀਆਂ ਪਿਛਲੀਆਂ ਗਾਇਬ ਹੁੰਦੀਆਂ ਰਹਿੰਦੀਆਂ ਇਹ ਰੱਬ ਦਾ ਸਿਸਟਮ ਹੈ ਅਰਲੀ 20s ਤੱਕ ਇਹ ਚੱਲਦਾ ਰਹਿੰਦਾ ਯਾਨੀ 23-24 ਸਾਲ ਤੱਕ ਇਹ ਚੱਲਦਾ ਉਦੋਂ ਜਿੰਨੀ ਤੁਸੀਂ ਬੋਨਸ ਦਾ ਮੈਸ ਇਕੱਠਾ ਕਰ ਲਓਗੇ ਉਹਨਾਂ ਤੁਹਾਡੇ 50 ਸਾਲ 60 ਸਾਲ 70 ਸਾਲ ਦੀ ਉਮਰ 'ਚ ਕੰਮ ਆਏ ਅਤੇ ਉਹ ਇਕੱਠਾ ਕਿਵੇਂ ਕਰਨਾ ਉਹ ਇਕੱਠਾ ਕਰਨਾ ਕਿ ਦੁੱਧ ਪੀਆ ਕਰੋ ਮੈਂ 2 ਕਿਲੋ ਦੁੱਧ ਪੀਂਦਾ ਰਿਹਾ ਹੁਣ ਵੀ 2 ਕਿਲੋ ਦੁੱਧ ਪੀ ਜਾਂਦਾ ਜਦੋਂ ਮੌਕਾ ਲੱਗਦਾ ਮਿਲਕ ਸ਼ੇਕ ਦੇ ਰਾਹੀਂ ਪੀਓ ਲੱਸੀ ਬਣਾ ਕੇ ਦੁੱਧ ਦੀ ਪੀਓ ਦੁੱਧ ਨੂੰ ਕਿਸੇ ਤਰੀਕੇ ਨਾਲ ਪੀਓ ਗਰਮ ਕਰਕੇ ਪੀਓ ਉਬਾਲ ਕੇ ਪੀਓ ਕਦੇ ਹਲਦੀ ਦੁੱਧ ਬਣਾ ਲਿਆ ਕਦੇ ਕੋਈ ਬਣਾ ਲਿਆ ਕਦੇ ਕੋਈ 2 ਕਿਲੋ ਦੁੱਧ ਪੂਰਾ ਕਰ ਲਓ ਖੈਰ ਉਹ ਸਾਰੇ ਤਾਂ ਨਹੀਂ ਕਰ ਸਕਦੇ ਲੇਕਿਨ ਦੁੱਧ 1-2 ਗਲਾਸ ਜ਼ਰੂਰ ਪੀਓ ਦਹੀਂ ਖਾਓ ਉਹ ਫੂਡ ਵੱਲ ਆਉਂਦੇ ਆਪਾਂ ਫੂਡ ਬਾਅਦ 'ਚ ਦੱਸਦਾ ਇਹ ਉਹਨਾਂ ਨੂੰ ਕਵਰ ਕਰ ਸਕਦੇ ਤੁਸੀਂ ਜਵਾਨੀ 'ਚ 23-24 ਸਾਲ ਦੀ ਉਮਰ ਤੱਕ ਬੱਚਿਆਂ ਨੂੰ ਹੱਡੀਆਂ ਮਜ਼ਬੂਤ ਕਰਨ ਵਾਲੀਆਂ ਚੀਜ਼ਾਂ ਖਿਲਾਓ ਅਤੇ ਸਾਡੇ ਤਾਂ ਬੱਚਿਆਂ ਦੀਆਂ ਕੈਲਸ਼ੀਅਮ ਹੀ ਨਹੀਂ ਪੂਰੀ ਹੁੰਦੀ ਅਕਸਰ ਦੇਖਿਆ ਕਿ ਬੱਚਿਆਂ ਦੀ ਕੈਲਸ਼ੀਅਮ ਘੱਟ ਹੁੰਦੀ ਸਫੈਦ ਸਫੈਦ ਨਿਸ਼ਾਨ ਇੱਥੇ ਬਣੇ ਹੁੰਦੇ ਆ ਨੇਲਸ 'ਤੇ ਵਾਈਟ ਵਾਈਟ ਨਿਸ਼ਾਨ ਨਜ਼ਰ ਆਉਣਗੇ ਤੁਹਾਨੂੰ ਉਹ ਕੈਲਸ਼ੀਅਮ ਦੀ ਕਮੀ ਹੈ ਤੁਸੀਂ ਉਹਨਾਂ ਦੀ ਕੈਲਸ਼ੀਅਮ ਹੀ ਨਹੀਂ ਪੂਰੀ ਕਰ ਰਹੇ ਅਤੇ ਹੱਡੀਆਂ ਨੇ ਕਿੱਥੋਂ ਮਜ਼ਬੂਤ ਹੋਣਾ ਕੈਲਸ਼ੀਅਮ ਉਹਨਾਂ ਦੀ ਚੈੱਕ ਕਰਾਓ ਵਿਟਾਮਿਨ ਡੀ ਚੈੱਕ ਕਰਾਓ ਕੇ ਚੈੱਕ ਕਰਾਓ ਫਿਰ ਉਹਨਾਂ ਨੂੰ ਉਹ ਚੀਜ਼ਾਂ ਦਿਓ ਹੋਮਿਓਪੈਥਿਕ ਦੀਆਂ ਨੈਚੁਰਲ ਐਲੋਪੈਥਿਕ 'ਤੇ ਨਾ ਲਾਓ ਵਿਟਾਮਿਨਸ 'ਤੇ ਨਾ ਲਾਓ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਨੈਚੁਰਲ ਹੋਮਿਓਪੈਥਿਕ ਦੀਆਂ ਚੀਜ਼ਾਂ ਦਿਓ ਤਾਂ ਕਿ ਉਹ 22-24 ਸਾਲ ਦੀ ਉਮਰ ਤੱਕ ਉਹ ਜ਼ਿਆਦਾ ਤੋਂ ਜ਼ਿਆਦਾ ਹੱਡੀਆਂ ਨੂੰ ਮਜ਼ਬੂਤ ਕਰ ਲੈਣ ਇਹ ਰਿਨਿਊਅਲ ਦਾ ਪ੍ਰੋਸੈਸ ਹੈ ਹੱਡੀਆਂ ਰਿਨਿਊ ਹੁੰਦੀਆਂ ਰਹਿੰਦੀਆਂ 24-25 ਸਾਲ ਦੀ ਉਮਰ ਤੱਕ ਮੁੜ ਕੇ ਇਹ ਰਿਨਿਊਅਲ ਸਲੋਅ ਹੋ ਜਾਂਦਾ 30 ਈਅਰਸ ਤੱਕ ਸਲੋਅ ਹੋ ਜਾਂਦਾ 30 ਈਅਰਸ ਤੋਂ ਬਾਅਦ ਇਹ ਆਲਮੋਸਟ ਚਲਾ ਜਾਂਦਾ ਫਿਰ ਹੱਡੀਆਂ ਰਿਨਿਊ ਨਹੀਂ ਹੁੰਦੀਆਂ ਫਿਰ ਜਿਹੜੀਆਂ ਤੁਹਾਡੇ ਕੋਲ ਹੈਗੀਆਂ ਉਹ ਹੀ ਹੈ ਹੁਣ ਉਹ ਥੱਲੇ ਨੂੰ ਜਾਣਾ ਇਹਨਾਂ ਨੇ ਥੱਲੇ ਨੂੰ ਜਾਣਾ ਤਾਂ ਨੂੰ ਨਹੀਂ ਜਾਣਾ ਅਤੇ ਇੱਕ ਤਾਂ ਇਹਦੀ ਇਹ ਰੀਜ਼ਨ ਹੋ ਗਈ ਦੂਸਰੀ ਇਹਦੀ ਰੀਜ਼ਨ ਹਾਰਮੋਨਲ ਕੌਜ਼ ਹੋ ਸਕਦੀ ਆ ਹਾਰਮੋਨਸ ਕਈ ਕਿਸਮਾਂ ਦੇ ਹੁੰਦੇ ਨੇ ਥਾਇਰਾਇਡ ਤੋਂ ਲੈ ਕੇ ਐਸਟ੍ਰੋਜਨ ਪ੍ਰੋਜੈਸਟਰੋਨ ਟੈਸਟੋਸਟੀਰੋਨ ਇਹ ਸਾਰੇ ਇਹਨਾਂ 'ਚੋਂ ਕਿਸੇ 'ਚ ਅਗਰ ਕੋਈ ਪ੍ਰੋਬਲਮ ਆ ਗਿਆ ਕਿਸੇ ਦੇ ਅਗਰ ਟ੍ਰੀਟਮੈਂਟ ਹੋ ਰਹੀ ਹੈ ਕੈਂਸਰ ਦੀ ਬ੍ਰੈਸਟ ਕੈਂਸਰ ਦੀ ਅਤੇ ਉਹਨਾਂ ਨੂੰ ਇਹ ਹੱਡੀਆਂ ਦੇ ਚਾਂਸਿਸ ਜ਼ਿਆਦਾ ਜੋ ਵੀ ਲੋਕ ਬ੍ਰੈਸਟ ਕੈਂਸਰ ਨੂੰ ਟ੍ਰੀਟ ਕਰ ਰਹੇ ਆ ਉਹਨਾਂ ਨੂੰ ਇਹ ਪ੍ਰੋਬਲਮ ਹੋ ਸਕਦਾ ਫਿਰ ਥਾਇਰਾਇਡ ਜਿਹਨਾਂ ਨੂੰ ਹੈ ਜਿਹੜੇ ਵੀ ਲੋਕਾਂ ਨੂੰ ਥਾਇਰਾਇਡ ਹੈ ਥਾਇਰਾਇਡ ਵਾਲੇ ਲੋਕਾਂ ਨੂੰ ਇਹ ਅਕਸਰ ਆਸਟੀਓਪਰੋਸਿਸ ਹੋ ਜਾਂਦਾ ਇਹਦੇ 'ਚ ਕੋਈ ਦੂਸਰੀ ਰਾਏ ਨਹੀਂ ਥਾਇਰਾਇਡ ਵਾਲੇ ਲੋਕ ਹੱਡੀਆਂ ਦੇ ਪ੍ਰੋਬਲਮ ਦਾ ਜ਼ਿਆਦਾ ਜਲਦੀ ਸ਼ਿਕਾਰ ਹੁੰਦੇ ਨੇ ਕਿਸੇ ਹੋਰ ਬੰਦੇ ਨਾਲੋਂ ਤੀਸਰੀ ਇਹਦੀ ਰੀਜ਼ਨ ਹੈ ਕਿ ਮੇਲਸ 'ਚ ਟੈਸਟੋਸਟੀਰੋਨ ਘੱਟ ਹੋ ਜਾਂਦਾ ਟੈਸਟੋਸਟੀਰੋਨ ਵੀ ਇੱਕ ਹਾਰਮੋਨ ਹੈ ਉਹ ਮੇਲਸ 'ਚ ਹੁੰਦਾ ਉਹ ਖਤਮ ਹੋ ਜਾਂਦਾ ਜਾਂ ਘੱਟ ਹੋ ਜਾਂਦਾ ਉਹਨਾਂ ਲੋਕਾਂ ਨੂੰ ਵੀ ਆਸਟੀਓਪਰੋਸਿਸ ਹੁੰਦਾ ਔਰਤਾਂ 'ਚ ਐਸਟ੍ਰੋਜਨ ਘੱਟ ਹੋ ਜਾਂਦਾ ਜਿਹਨਾਂ ਨੂੰ ਬਲੀਡ ਜ਼ਿਆਦਾ ਦੇਰ ਤੱਕ ਰਹਿੰਦੀ ਹੈ ਉਹਨਾਂ ਦਾ ਐਸਟ੍ਰੋਜਨ ਘੱਟ ਹੋਇਆ ਅਤੇ ਉਹਨਾਂ ਨੂੰ ਇਹ ਪ੍ਰੋਬਲਮ ਸ਼ੁਰੂ ਹੋ ਗਿਆ ਫਿਰ ਬਹੁਤ ਸਾਰੇ ਲੋਕਾਂ ਨੂੰ ਆਇਰਨ ਦੀ ਕਮੀ ਹੋ ਜਾਂਦੀ ਹੈ ਜੀ ਆਇਰਨ ਜਿਵੇਂ ਹੀ ਘੱਟ ਹੋਇਆ ਤੁਹਾਡਾ ਬੀ ਪੀ ਲੋਅ ਹੋਣਾ ਸ਼ੁਰੂ ਹੋ ਗਿਆ ਜਦੋਂ ਅਕਸਰ ਯਾਦ ਹੈ ਆਪਾਂ ਦੇਖਦੇ ਅਕਸਰ ਗੱਲ ਕੀਤੀ ਕਿ ਲੱਤਾਂ 'ਚ ਦਰਦ ਹੁੰਦੀ ਹੈ ਪੈਰਾਂ 'ਚ ਦਰਦ ਹੁੰਦੀ ਹੈ ਪਿੰਡਲੀਆਂ 'ਚ ਦਰਦ ਹੁੰਦੀ ਹੈ ਉਹ ਇਹੀ ਰੀਜ਼ਨ ਹੈ ਬਲੱਡ ਪ੍ਰੈਸ਼ਰ ਘੱਟ ਜਾਂ ਆਇਰਨ ਘੱਟ ਇੱਥੋਂ ਹੀ ਕੰਮ ਸ਼ੁਰੂ ਹੋਇਆ ਤਾਂ ਤੁਸੀਂ ਫੌਰਨ ਇਹਨੂੰ ਫੜ ਲਓ
तो समझो कि तुहाडे हॉर्मोनल कितने डिस्टर्बेंस हो रही है, अपने सारे दे सारे वन टू ऑल टेस्ट कराओ। यूजुअली मेरे को लोग आके कहते हैं असी सारे टेस्ट कराए कुछ नहीं निकलिया, सारे टेस्ट पता की कराए होंगे, कंप्लीट ब्लड पिक्चर, ब्लड टेस्ट खाली कराया, ओनू कहंदे ने उस सारे टेस्ट ओदे च विटामिनस नहीं हैगे, ओदे च तुहाडे हार्मोनस नहीं हैगे। अच्छा फिर ए टेस्ट नु की कह के कराउणा पैणा, क्योंकि नॉर्मली ते ब्लड टेस्ट बॉडी दे वन टू ऑल सारे टेस्ट। अच्छा जी, जिदे च सारे विटामिनस होन और बोन्स दे सारे इनग्रीडिएंट्स होन। जदों तुसी बोन्स दे इनग्रीडिएंट कहोगे ना, आर्थराइटिस दा टेस्ट कहोगे, ऑस्टियोपोरोसिस दा टेस्ट करोगे, यूरिक एसिड दा कहोगे, किडनी दा कहोगे, लिवर दा कहोगे, ओदों इह सारे आ जाणगे। यदि दूसरी कॉज मेडिकल कॉज है जी, मेडिकल कॉज चाहे जी असं गल की किडनी लिवर, जो किडनी वीक हो जाता तो वह इन रिटर्न डाइजेस्टिव सिस्टम नू वीक करता, लिवर नू वीक करता, तो हड्डियाँ अपने आप वीक होनी शुरू हो जाए। किडनी अक्सर लोगों का वीक होंगे क्योंकि तुम्हें पता है पानी नहीं पीते आप। दूसरी यदि मेडिकल रीजन है लिवर, लिवर जिन्हें लोगों का खराब होंगे या फैटी होंगे या फाइब्रोसिस होंगे या सिरोसिस होंगे, उन्होंने लोगों का ओबियसली ब्लड सही नहीं बनता, तो जो ब्लड सही नहीं बनेगा तो स्टेट फॉरवर्ड जी गल है कि उन्होंने रेड ब्लड सैल्स भी घट होगा, उन्होंने आयरन भी घट होएगा, तो उन्होंने ऑस्टियोपोरोसिस होना ही होना। फिर इस तरह होर एक चीज़ है जी, जो तुम आर्थराइटिस हो जाता, आर्थराइटिस एक बहुत नामुराद जी बीमारी है, बड़ी गंदी बीमारी है, यह भी हड्डियां की ही एक बीमारी है। जिन्होंने आर्थराइटिस होंगे उन्होंने हड्डियां अंदरों खोखलियां होनी शुरू हो जाए, उन्होंने ऑस्टियोपोरोसिस भी हो जाता। फिर जिन्हें लोगों को ज़्यादातर यूरिक एसिड रहा, उन्होंने लोगों को भी हड्डियां का इशू होंगे। यूरिक एसिड यह ना समझो कि 5.2 बॉर्डर लाइन है तो मेरा 5.1 है तो मैं सेफ हाँ, नो। यूरिक एसिड के बारे जो 50% ऑफ बॉर्डर लाइन तो क्रॉस किया यूरिक एसिड, तुम समझो कि तुम यूरिक एसिड के सिमटम्स आने शुरू हो गए। वो पहला सिमटम यह है कि तुम्हारी कूने च या एक बाजू च दर्द होंगी, दूसरा है गोडिया च या पैर एड़िया च दर्द होंगी, तीसरा थोड़ा सारा जिसम इंजन करता, थोड़ा थोड़ा दुखद, थकावट फील होंगी, फटीक फील होंगी है। ये यूरिक एसिड वाले लोगों को अक्सर यह प्रॉब्लम होंगे। फिर जिन्हें लोगों को कोई भी बीमारी है, सीरीयस बीमारी है लाइक प्रोस्टेट कैंसर है, उन्हां दी दवाई वह खा रहे हैं, उन्होंने भी अक्सर प्रॉब्लम होंगे। जिन्हें लोगों को ब्रेस्ट कैंसर है उसकी दवाई नाल भी इहदा तालक है ऑस्टियोपोरोसिस का, वह भी हड्डियां नू खा जाती है। ये तो सारिया चीज़ा हो गई नॉर्मल जी। हुण एक लाइफ स्टाइल भी होंगे बंदे का, अक्सर लोगों को तुसीं देखिया होना वो कहिंदे मैनू सीलिएक डिजीज़ है, मैनू IBS हो गया। सीलिएक डिजीज़ की होंगी है, वह मैनू ग्लूटन तो एलर्जी है, ये कभी सुनी सी तुसीं पहले? ਮੈਨੂੰ ਲੱਗਦਾ ਅਸੀਂ ਕਦੇ ਬਹੁਤ ਸਾਰੀਆਂ ਬਿਮਾਰੀਆਂ ਦੇ ਨਾਂ ਵੀ ਨਹੀਂ ਪਤਾ ਸੀ ਸਾਨੂੰ। ਹੁਣ ਇੱਦਾਂ ਦੀਆਂ ਬਿਮਾਰੀਆਂ ਦੇ ਨਾਂ ਨਿਕਲ ਆਉਂਦੇ ਆ ਨਾ ਵੀ ਬੱਚੇ ਨੂੰ ਹਰ ਇੱਕ ਚੀਜ਼ ਦੇਖ ਕੇ ਦੇਣੀ ਪੈਂਦੀ ਕਿ ਕਿਹੜਾ ਫੂਡ ਦਈਏ ਇਹਨੂੰ, ਇਹਦੇ ਤੋਂ ਐਲਰਜੀਜ਼, ਇਹਦੇ ਤੋਂ ਹੈ ਨਾ। ਐਵੇਂ ਇਹ ਐਲਰਜੀਆਂ ਕਦੇ ਸੁਣੀਆਂ ਸੀ ਤੁਸੀਂ? ਮੈਂ 12 ਐਗਸ ਰੋਜ਼ ਬ੍ਰੇਕਫਾਸਟ ਕਰਦਾ ਹੁੰਦਾ ਸੀ ਜਦੋਂ ਮਾਰਸ਼ਲ ਆਰਟਸ ਕਰਾਟੇ ਖੇਡਦਾ ਸੀ ਨਾ, ਉਦੋਂ 12 ਦੇਸੀ ਅੰਡਿਆਂ ਦਾ ਰੋਜ਼ ਬ੍ਰੇਕਫਾਸਟ ਔਰ 1 ਕਿਲੋ ਲੀਟਰ ਦਾ ਜੱਗ ਗਰਮ ਦੁੱਧ ਦਾ ਉਬਾਲ ਕੇ ਨਾਲ ਰੱਖ ਲੈਣਾ। ਅੰਡਾ ਤੋੜਨ ਦੀ ਇੰਨੀ ਪ੍ਰੈਕਟਿਸ ਸੀ, ਇੰਜ ਕਰਕੇ ਅੰਡਾ ਤੋੜਦਾ ਸੀ। ਅਤੇ ਜਿਹੜੇ ਮੇਰੇ ਉਹ ਸਾਈਨ ਕਰਾਉਣ ਲਿਆਉਂਦੇ ਸੀ ਨਾ ਮੇਰੇ ਕੋਲ ਰੋਜ਼, ਅਤੇ ਉਹ ਕਿਸੇ ਨੇ ਅੰਡਾ ਮੰਗ ਲੈਣਾ ਅਤੇ ਉਹਨੂੰ ਕਹਿਣਾ ਹੋਰ ਆਪਣਾ ਬੋਇਲ ਕਰ ਲੈ, ਇਹਦਾ ਚੋਰੀ ਮਿਲਦਾ ਡਾਕਟਰ ਸਾਹਿਬ। ਮੈਂ ਇੱਥੇ ਤੁਹਾਡਾ ਥੈਂਕ ਯੂ ਆਪਣੇ ਵੱਲੋਂ ਕਰੂੰਗੀ, ਥੈਂਕ ਯੂ ਕਿ ਮੈਨੂੰ ਹੁਣ ਆਲਮੋਸਟ ਆਹ 3 ਸਾਲ ਆ ਅਤੇ ਮੈਨੂੰ ਛਿੱਕਾਂ ਅਤੇ ਐਲਰਜੀਜ਼ ਤੋਂ ਬੜੀ ਰਾਹਤ ਆ, ਮਾਈਗ੍ਰੇਨ ਵੀ ਮੇਰੀ ਠੀਕ ਹੋ ਗਈ, ਸੋ ਥੈਂਕ ਯੂ ਵੈਰੀ ਮੱਚ। ਨਹੀਂ ਤਾਂ ਕਦੇ ਕਦੇ ਮੈਨੂੰ 3 ਜਾਂ 4 ਮਹੀਨੇ ਬਾਅਦ ਇੱਕ ਵਾਰੀ ਮਾਈਗ੍ਰੇਨ ਬੜੀ ਹੁੰਦੀ ਸੀ, ਅਤੇ ਹੁਣ ਤਾਂ ਸੋ ਮਾਸ਼ਾਅੱਲਾ ਆਪਾਂ ਗੇੜੀ ਗੂੜੀ ਘੱਟੇ 'ਚ ਵੀ ਸਾਰੇ ਪਾਸੇ ਮਾਰਿਆ ਜਾਂਦੀ ਹੈ। ਪਰ ਇੱਕ ਗੱਲ ਆ ਡਾਕਟਰ ਸਾਹਿਬ, ਜਦੋਂ ਮੈਂ ਪੰਜਾਬ ਚਲੇ ਜਾਂਦੀ ਹਾਂ ਨਾ ਅਤੇ ਮੈਨੂੰ ਕਦੇ ਘੱਟੇ ਤੋਂ ਕਦੇ ਨਾ ਘੱਟਾ ਚੜਿਆ ਨਾ ਉੱਥੇ, ਤਾਂ ਨਾਲੇ ਸੜਕਾਂ ਵੀ ਸੁੱਖ ਨਾ ਉਵੇਂ ਦੀਆਂ ਹੀ ਆ, ਘੱਟਾ ਹੀ ਆ, ਘੱਟਾ ਵੀ ਪਵਿੱਤਰ ਆ, ਅਤੇ ਉਹ ਘੱਟਾ ਪਵਿੱਤਰ ਆ, ਉਹਦੇ ਨਾਲ ਤਾਂ ਮੈਨੂੰ ਲੱਗਦਾ ਮੇਰਾ ਇਮਿਊਨ ਸਿਸਟਮ ਹੋਰ ਸਟਰੋਂਗ ਹੋ ਗਿਆ। ਉਹ ਮਿੱਟੀ ਖਾ ਕੇ ਤੇ ਆਪਾਂ ਤਾਕਤਵਰ ਹੋਏ, ਮੈਨੂੰ ਕਦੇ ਕੋਈ ਪ੍ਰੋਬਲਮ ਨਹੀਂ ਆਈ। ਐਸ ਸੂਨ ਜਦੋਂ ਲੈਂਡ ਕਰ ਜਾਂਦੇ ਆ ਨਾ, ਜਦੋਂ ਪੰਜਾਬ ਦੀ ਧਰਤੀ ਤੇ ਪੈਰ ਰੱਖ ਲਈਦਾ ਨਾ, ਤੇ ਇੰਨੀ ਸੋਹਣੀ ਖੁਸ਼ਬੂ ਖੇਤਾਂ ਚੋਂ ਮਿੱਟੀ ਦੀ, ਤੇ ਪਤਾ ਹੀ ਨਹੀਂ ਲੱਗਦਾ ਖੰਘ ਜ਼ੁਕਾਮ ਬੁਖਾਰ ਕੀ ਚੀਜ਼ ਹੁੰਦੀ ਆ। ਤੇ ਮੈਂ ਕਦੇ ਵੀ ਹੁੰਦਾ ਜਾ ਕੇ ਮੈਂ ਬਿਮਾਰ, ਮੈਂ ਨਹੀਂ ਕਦੇ ਵਾਲੀ ਬਿਮਾਰ ਹੁੰਦੀ, ਜੋ ਮਰਜ਼ੀ ਖਾਈ ਜਾ ਮੈਂ ਉੱਥੇ ਮੁੜ ਕੇ ਚਲੇ ਜਾਓ, ਉੱਥੋਂ ਆਪਾਂ ਲਾਈਵ ਸ਼ੋਅ ਕਰਿਆ ਕਰਾਂਗੇ। ਤੁਹਾਡੇ ਮੂੰਹ 'ਚ ਕੀ ਸ਼ੱਕਰ ਮਾਸ਼ਾਅੱਲਾ, ਤੋਂ ਮੇਰੀ ਇਹ ਦੁਆ ਪੂਰੀ ਹੋ ਜਾਵੇ, ਸੱਚੀ ਮੈਂ ਚੱਲ ਜਾਵਾਂ ਮੈਂ। ਆਪਾਂ ਉੱਥੋਂ ਸਕਾਈਪ ਤੇ ਬਹਿ ਕੇ ਸ਼ੋਅ ਕਰ ਲਾਂਗੇ। ਬਿਲਕੁਲ ਜੀ, ਉੱਥੇ ਕਰਿਆ ਕਰਾਂਗੇ। ਹਾਂਜੀ। ਅੱਛਾ, ਇੱਕ ਇਹਦਾ ਮੇਨ ਕਾਰਨ
ਮੈਂ ਹਿੰਦੀ ਸਿੱਖਦਾ ਜਾ ਰਿਹਾ ਪੰਜਾਬੀ ਕੀ ਬਾਤ ਹੈ ਡਾਕਟਰ ਸਾਹਿਬ ਮੈਂ ਅਗਲੀ ਇੰਟਰਵਿਊ ਹਿੰਦੀ ਜੀ ਨਾ ਕਰ ਲਈ ਮੇਨ ਰੀਜ਼ਨ ਇਹਦਾ ਜਿਹੜਾ ਨਾ ਇੱਕ ਲਾਈਫ ਸਟਾਈਲ ਵੀ ਹੈ ਆਸਟੀਓ ਪ੍ਰੋਸੈਸ ਦਾ ਜਿਹੜੇ ਲੋਕਾਂ ਨੂੰ ਬੈਠੇ ਰਹਿਣ ਦੀ ਆਦਤ ਹੈ ਜਾਂ ਬੈਠੇ ਰਹਿਣ ਵਾਲੀ ਜੌਬ ਹੈ ਉਹਨਾਂ ਨੂੰ ਆਸਟੀਓ ਪ੍ਰੋਸੈਸ ਹੋਣਾ ਹੀ ਹੋਣਾ ਉਹਨਾਂ ਨੂੰ ਚਾਹੀਦਾ ਹੈ ਕਿ ਹਰ 6 ਮਹੀਨੇ ਬਾਅਦ ਆਪਣੇ ਸਾਰੇ ਵਿਟਾਮਿਨਸ ਜਿਹੜੇ ਮੈਂ ਗਿਣਾਏ ਆ ਇਹਨਾਂ ਦਾ ਟੈਸਟ ਕਰ ਲਿਆ ਕਰਨ ਅਤੇ ਆਪਣੀ ਬੋਡੀ ਦਾ ਵੀ ਟੈਸਟ ਕਰ ਲੈਣ ਥੋੜ੍ਹਾ ਜਿਹਾ ਕੋਈ ਭਾਰੀ ਚੀਜ਼ ਚੁੱਕ ਕੇ ਦੇਖ ਲੈਣ ਪਤਾ ਲੱਗ ਜਾਏਗਾ ਉਸੇ ਟਾਈਮ ਆਪਣੀ ਔਕਾਤ ਦਾ ਕਿ ਹੱਡੀਆਂ ਕਿੱਥੇ ਡਿੱਗ ਰਹੀਆਂ ਨੇ ਜਿਹੜੇ ਲੋਕ ਬੈਠੇ ਰਹਿੰਦੇ ਆ ਉਹਨਾਂ ਨੂੰ ਆਸਟੀਓ ਪ੍ਰੋਸੈਸ ਹੋਣਾ ਹੀ ਹੋਣਾ ਫਿਰ ਉਹ ਲੋਕ ਜਿਹਨਾਂ ਨੂੰ ਮਿੱਠਾ ਖਾਣ ਦੀ ਬਹੁਤ ਆਦਤ ਆ ਉਹ ਵੀ ਬੰਦੇ ਬਣ ਜਾਣ ਫਿਰ ਉਹ ਲੋਕ ਜਿਹਨਾਂ ਨੂੰ ਲਾਈਫ ਲੌਂਗ ਕੈਲਸ਼ੀਅਮ ਦੀ ਕਮੀ ਦਾ ਸਾਹਮਣਾ ਲਾਈਫ ਲੌਂਗ ਯਾਨੀ ਇਹ ਨਹੀਂ ਕਿ ਇੱਕ ਦੋ ਦਫਾ ਹੋ ਗਈ ਤੇ ਉਹ ਪੂਰੀ ਕਰ ਲਈ ਤੇ ਫਿਰ ਨਹੀਂ ਹੋਈ ਕਮੀ ਜਿਹਨਾਂ ਨੂੰ ਅਕਸਰ ਹੀ ਕਮੀ ਰਹਿੰਦੀ ਕੈਲਸ਼ੀਅਮ ਦੀ ਜਾਂ ਆਸਟੀਓ ਕੈਲਸ਼ੀਅਮ ਜਿਹੜੀ ਹੱਡੀਆਂ ਦੀ ਕੈਲਸ਼ੀਅਮ ਹੁੰਦੀ ਹੈ ਉਹਦੀ ਕਮੀ ਰਹਿੰਦੀ ਜਦੋਂ ਵੀ ਟੈਸਟ ਕਰਾਇਆ ਉਹ ਲੋਅ ਲੈਵਲ 'ਤੇ ਆਈ ਹੈ ਜਾਂ ਬੈਲੈਂਸ ਤੋਂ ਥੋੜ੍ਹੀ ਜਿਹੀ ਥੱਲੇ ਆਈ ਹੈ ਉਹਨਾਂ ਲੋਕਾਂ ਨੂੰ ਫੌਰੀ ਆਸਟੀਓ ਪ੍ਰੋਸੈਸ ਦੀ ਦਵਾਈ ਖਾਣੀ ਚਾਹੀਦੀ ਅਤੇ ਆਸਟੀਓ ਪ੍ਰੋਸੈਸ ਦੀ ਬਲਜਿੰਦਰ ਦਵਾਈ ਦੀ ਜਦੋਂ ਅਸੀਂ ਗੱਲ ਕਰਦੇ ਨਾ ਕਦੇ ਵੀ ਟ੍ਰੈਡੀਸ਼ਨਲ ਦਵਾਈ ਨਾਲ ਠੀਕ ਨਹੀਂ ਹੁੰਦੀ ਉਹ ਤਾਂ ਵਿਟਾਮਿਨਸ ਹੀ ਆ ਬਸ ਔਰ ਉਹ ਵੀ ਸਿੰਥੈਟਿਕ ਵਿਟਾਮਿਨਸ ਕਿਹੜੀ ਖਾਣੀ ਚਾਹੀਦੀ ਦਵਾਈ ਸਿੰਥੈਟਿਕ ਵਿਟਾਮਿਨਸ ਤਾਂ ਕੁਛ ਨਹੀਂ ਕਰਦੇ ਨਾ ਉਹ ਤਾਂ ਸਿੰਥੈ ਪਲਾਸਟਿਕ ਵਿਟਾਮਿਨਸ ਕਹਿ ਲਓ ਪਲਾਸਟਿਕ ਵਿਟਾਮਿਨਸ ਨੇ ਕੀ ਕਰਨਾ ਤੁਸੀਂ ਆਪਣਾ ਪਹਿਲੇ ਸਭ ਤੋਂ ਪਹਿਲੇ ਤਾਂ ਤੁਸੀਂ ਆਪਣਾ ਲਾਈਫ ਸਟਾਈਲ ਚੇਂਜ ਕਰੋ ਬੈਠਣਾ ਘੱਟ ਕਰੋ ਰੋਜ਼ 20 ਮਿੰਟ ਅੱਧਾ ਘੰਟਾ ਤੇਜ਼ ਵਾਕ ਕਰੋ ਜਿਹੜਾ ਬੰਦਾ ਵਾਕ ਕਰਦਾ ਤੁਹਾਨੂੰ ਯਾਦ ਹੈ ਆਪਾਂ ਵਾਕ 'ਤੇ ਇੱਕ ਸ਼ੋਅ ਕੀਤਾ ਸੀ ਜਿਹੜਾ ਬੰਦਾ ਵਾਕ ਕਰਦਾ ਨਾ ਉਹਦੀ ਨਾ ਤਾਂ ਬੈਕਬੋਨ ਦਾ ਇਸ਼ੂ ਹੁੰਦਾ ਨਾ ਉਹਨੂੰ ਹਿਪ ਜੁਆਇੰਟਸ ਦਾ ਇਸ਼ੂ ਹੁੰਦਾ ਨਾ ਉਹਨੂੰ ਲੱਤਾਂ ਦੁਖਣ ਦਾ ਇਸ਼ੂ ਹੁੰਦਾ ਨਾ ਉਹਨੂੰ ਗੋਡਿਆਂ ਦਾ ਇਸ਼ੂ ਹੁੰਦਾ ਨਾ ਉਹਦਾ ਕੋਲੈਸਟ੍ਰੋਲ ਵੱਧਦਾ ਨਾ ਉਹਦਾ ਵੇਟ ਵੱਧਦਾ ਨਾ ਉਹਦਾ ਪੇਟ ਵੱਧਦਾ ਨਾ ਉਹਦੇ ਕਿਡਨੀ ਵੀਕ ਹੁੰਦੇ ਡਾਕਟਰ ਸਾਹਿਬ ਬਹੁਤ ਸਾਰੇ ਮੈਨੂੰ ਜਦੋਂ ਨਾ ਕਮੈਂਟਸ ਆਉਂਦੇ ਆ ਜਾਂ ਜਦੋਂ ਕਿਸੇ ਦੇ ਮੈਸੇਜ ਆਉਂਦੇ ਆ ਅਤੇ ਉਹ ਪੁੱਛਦੇ ਭੈਣ ਜੀ ਤੁਸੀਂ ਤਾਂ ਕੋਲ ਹੀ ਰਹਿੰਦੇ ਹੈਗੇ ਡਾਕਟਰ ਸਾਹਿਬ ਤੁਹਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਤੁਸੀਂ ਕਿੰਨਾ ਕੰਮ ਕਰਦੇ ਮੈਂ ਕਿਹਾ ਮੈਂ ਹੋਸਟ ਹਾਂ ਮੈਂ ਮਰੀਜ਼ ਨਹੀਂ ਘੱਟ ਹੋ ਰਿਹਾ ਅਕਸਰ ਲੋਕਾਂ ਦਾ ਘੱਟ ਹੁੰਦਾ ਵਿਟਾਮਿਨ ਡੀ ਇੰਟਰਨੈਸ਼ਨਲ ਯੂਨਿਟ ਦਾ ਹੈ ਵੇ ਉਹ ਤੁਸੀਂ ਜਿਨ੍ਹਾਂ ਨੂੰ ਤੇ ਆਸਟੀਓ ਪ੍ਰੋਸੈਸ ਹੋ ਗਿਆ ਉਹ ਤੇ 1000 IU ਲੈਣ ਜਿਹਨਾਂ ਨੂੰ ਆਸਟੀਓ ਪ੍ਰੋਸੈਸ ਨਹੀਂ ਹੋਇਆ ਉਹ 400-500 IU ਵਿਟਾਮਿਨ ਡੀ ਡਰੋਪਰ 'ਚ ਲੈ ਲੈਣ ਕਿਸੇ ਅੱਛੀ ਕੁਆਲਿਟੀ ਦਾ ਲਿਕੁਇਡ ਉਹਦਾ ਇੱਕ ਡਰੋਪ ਰੋਜ਼ ਲੈ ਲਿਆ ਕਰਨ ਵਿਟਾਮਿਨ ਡੀ ਬੜੀ ਅੱਛੀ ਚੀਜ਼ ਹੈ ਇਹ ਪੂਰਾ ਰਹਿਣਾ ਚਾਹੀਦਾ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ ਕਿਡਨੀਆਂ ਦੀ ਵੀ ਦਵਾਈ ਹੈ ਵਿਟਾਮਿਨ ਡੀ ਫਿਰ ਤੁਸੀਂ ਤਿਲ ਖਾਓ ਤਿਲ ਬੜੇ ਅੱਛੇ ਨੇ ਹੱਡੀਆਂ ਵਾਸਤੇ ਤੁਹਾਨੂੰ ਫਾਰਮੂਲਾ ਅੱਗੇ ਵੀ ਦੱਸਿਆ ਹੋਇਆ ਤਿਲ ਅਤੇ ਬਦਾਮ ਇਹ ਕੁੱਟ ਕੇ ਰੱਖ ਲਓ ਤੇਲਾਂ ਨੂੰ ਕੁੱਟਣ ਦੀ ਜ਼ਰੂਰਤ ਨਹੀਂ ਉਹਨਾਂ ਦਾ ਤਾਂ ਤੇਲ ਨਿਕਲ ਆਏਗਾ ਫਿਰ ਕਹੋਗੇ ਇਨ ਤਿਲੋਂ ਮੈਂ ਤੇਲ ਨਹੀਂ ਇਨ ਤਿਲੋਂ ਮੈਂ ਤੇਲ ਉਹ ਤੇਲ ਕੁੱਟੇ ਬਗੈਰ ਅਤੇ ਬਦਾਮ ਪੀਸ ਕੇ ਉਹਨਾਂ ਨੂੰ ਮਿਕਸ ਕਰ ਲਓ 2 ਚਮਚ ਸਵੇਰ ਅਤੇ 2 ਚਮਚ ਸ਼ਾਮ ਦੁੱਧ ਨਾਲ ਖਾਓ ਤੁਸੀਂ ਦੇਖੋ ਇੰਜ ਕਰਕੇ ਠੀਕ ਹੋਣਗੀਆਂ ਤੁਹਾਡੀਆਂ ਐਡਾ ਜ਼ਬਰਦਸਤ ਫਾਰਮੂਲਾ ਤੇ ਡਾਕਟਰ ਸਾਹਿਬ ਹੁਣ ਤੁਸੀਂ ਦੱਸ ਦਿੱਤਾ ਦਵਾਈ ਕਿਹੜੀ ਖਾਣੀ ਆ ਵੀ ਦੱਸੋ ਇਹਦੀ ਦਵਾਈ ਹੈ ਹਾਈਪੈਰਿਕਮ ਰੂਟਾ ਕਲਕੇਰੀਆ ਫੋਸ ਕਲਕੇਰੀਆ ਫਲੋਰ ਔਰ ਸਭ ਤੋਂ ਅੱਛੀ ਇਹਦੀ ਦਵਾਈ ਹੈ ਸਿਮਫਾਈਟਮ ਸਿਮਫਾਈਟਮ 200 ਇਹ ਦਵਾਈਆਂ ਲੈ ਕੇ ਰੱਖ ਲਓ ਜੇ ਸਮਝ ਨਾ ਆਏ ਤੇ ਪੁੱਛ ਲਓ ਨਹੀਂ ਸਮਝ ਆਉਂਦੀ ਕਿਸੇ ਹੋਰ ਹੋਮਿਓਪੈਥਿਕ ਡਾਕਟਰ ਨੂੰ ਨਿੱਕੀ ਜੀ ਇੱਕ ਪਿਆਰੀ ਜੀ ਗੱਲ ਵੀ ਦੱਸ ਦਿਓ ਅੱਧੇ ਕੁ ਮਿੰਟ 'ਚ ਕਦੇ ਤੁਸੀਂ ਫਲੈਟ ਟਾਇਰ ਦੇਖਿਆ ਗੱਡੀ ਦਾ ਫਲੈਟ ਟਾਇਰ ਹੋਇਆ ਕਦੇ ਬਹੁਤ ਵਾਰੀ ਹੋਇਆ ਜਿਹੜਾ ਨੈਗੇਟਿਵ ਐਟੀਟਿਊਡ ਹੈ ਨਾ ਉਹ ਫਲੈਟ ਟਾਇਰ ਤਰ੍ਹਾਂ ਜਦੋਂ ਤੱਕ ਤੁਸੀਂ ਉਹਨੂੰ ਬਦਲੋਗੇ ਨਹੀਂ ਨਾ ਤੁਸੀਂ ਕਿਤੇ ਜਾ ਨਹੀਂ ਸਕਦੇ ਤੁਸੀਂ ਉੱਥੇ ਹੀ ਖੜ੍ਹੇ ਰਹਿ ਜਾਓਗੇ ਜਿਹਦਾ ਜਿਹਦਾ ਨੈਗੇਟਿਵ ਐਟੀਟਿਊਡ ਹੈ ਸਾਡੇ ਕੋਲ ਆਉਂਦੇ ਕਈ ਨੈਗੇਟਿਵ ਐਟੀਟਿਊਡ ਵਾਲੇ ਅਤੇ ਉਹ ਉੱਥੇ ਹੀ ਫਸੇ ਹੁੰਦੇ ਨੇ ਜਾਂ ਆਪਣੀਆਂ ਬਿਮਾਰੀਆਂ 'ਚ ਫਸੇ ਹੁੰਦੇ ਨੇ ਜਾਂ ਆਪਣੀਆਂ ਟੈਨਸ਼ਨਾਂ 'ਚ ਫਸੇ ਹੁੰਦੇ ਨੇ ਉਹ ਅੱਗੇ ਨਹੀਂ ਜਾ ਸਕਦੇ ਉਹ ਤਰੱਕੀ ਨਹੀਂ ਕਰ ਸਕਦੇ ਜੇ ਕਿਸੇ ਨੇ ਕਰ ਲਈ ਹੈ ਗਲਤੀ ਨਾਲ ਤਾਂ ਉਹ ਥੱਲੇ ਜ਼ਰੂਰ ਆਏਗਾ ਨੈਗੇਟਿਵ ਐਟੀਟਿਊਡ ਅਤੇ ਫਲੈਟ ਟਾਇਰ ਇੱਕੋ ਜਿਹੀ ਗੱਲ ਆ ਬਦਲੋਗੇ ਤੇ ਤੁਸੀਂ ਅੱਗੇ ਵਧੋਗੇ ਕੀ ਬਾਤ ਹੈ ਕੀ ਉਦਾਹਰਨ ਦਿੱਤੀ ਤੁਸੀਂ ਥੈਂਕ ਯੂ ਵੈਰੀ ਮੱਚ ਡਾਕਟਰ ਸਾਹਿਬ ਤੁਹਾਡਾ ਅਗਲੀ ਵਾਰ ਫੇਰ ਮੁਲਾਕਾਤ ਹੁੰਦੀ ਖਿਆਲ ਰੱਖਿਓ ਜੀ ਠੀਕ ਹੈ ਜੀ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਨੇ ਪਿਆਰੀ ਜੀ ਗੱਲ ਕਹੀ ਆ ਅਤੇ ਹੱਡੀਆਂ ਦੇ ਦਰਦਾਂ ਦੀ ਤੁਹਾਨੂੰ ਦੱਸ ਦਿੱਤੀ ਹੈਗੀ ਆ ਦਵਾ ਵੀ ਕਿਹੜੀ ਖਾਣੀ ਆ ਅਤੇ ਖਿਆਲ ਵੀ ਕਿਵੇਂ ਰੱਖਣਾ ਖੁਰਾਕ ਵੀ ਕਿਹੜੀ ਖਾਣੀ ਆ ਅਤੇ ਅਗਲੀ ਵਾਰ ਫੇਰ ਅਸੀਂ ਕਿਸੇ ਹੋਰ ਬਿਮਾਰੀ 'ਤੇ ਡਿਸਕਸ ਕਰਾਂਗੇ ਤੁਸੀਂ ਚਾਹੁੰਦੇ ਹੋ ਅਸੀਂ ਕਿਸੇ ਬਿਮਾਰੀ 'ਤੇ ਡਿਸਕਸ ਕਰੀਏ ਅਤੇ ਤੁਸੀਂ ਵੀ ਸਾਨੂੰ ਸੁਝਾਅ ਭੇਜ ਸਕਦੇ ਹੋ ਤੁਹਾਡੇ ਦਿੱਤੇ ਸੁਝਾਅ ਵੀ ਅਸੀਂ ਜ਼ਰੂਰ ਅਮਲ ਕਰਦੇ ਹਾਂ ਉਹਨਾਂ 'ਤੇ ਵੀ ਜ਼ਰੂਰ ਗੱਲਬਾਤ ਕਰਦੇ ਹਾਂ ਅਗਲੀ ਵਾਰ ਫੇਰ ਮਿਲਦੇ ਹਾਂ ਖਿਆਲ ਰੱਖਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ